ਜਿਹੜਾ ਨੇ ਉਹ ਕਹਿੰਦੇ ਕਿ ਇਹ ਆਪਣੀ ਮਰਜ਼ੀ ਨਾਲ ਆਪਣੇ ਬੈਠਾ ਹੋਇਆ ਸੀ, ਉੱਥੇ ਖਲੋਤਾ ਹੋਇਆ ਸੀ, ਇਹਨੇ ਉੱਥੇ ਆਣ ਕੇ ਪਹਿਲਾਂ ਉਹਨੂੰ ਸਿਰ ਪਾੜਿਆ, ਉਹਦਾ ਡੰਡਾ ਮਾਰਿਆ, ਉਸ ਤੋਂ ਬਾਅਦ ਉਹਨੂੰ ਗੁੱਸਾ ਆਇਆ ਵਾ। ਮੇਰੇ ਬੇਟੇ ਨਾਲ ਚੌਂਕ ਮੋਹਕੁੰਬਰਾ ਝੁੱਗੀਆਂ ਵਾਲਾ ਹੈ, ਉੱਥੇ ਰੋਜ਼ ਲੰਘਦਾ ਹੈ, ਆਉਂਦਾ ਜਾਂਦਾ ਹੈ, ਅਤੇ 6-7 ਸਾਲ ਹੋ ਗਏ ਆ ਕਿ ਮੇਰੇ ਮੁੰਡੇ ਨੂੰ ਸੀਮਾ ਦੇਵੀ ਖਾਂਦੀ ਰਹੀ ਪਹਿਲੇ। ਸੀਮਾ ਦੇਵੀ ਕੁਛ ਨਹੀਂ ਲੱਗਦੀ ਉਹਨਾਂ ਦੀ, ਹਾਂਜੀ ਇਸ ਤਰ੍ਹਾਂ ਹੀ ਆ, ਬਸ ਚੌਂਕ ਦੇ ਵਿੱਚ ਰਹਿੰਦੇ ਆ, ਅਤੇ ਸਾਡਾ ਉੱਥੇ ਮੇਰੇ ਪੇਕਿਆਂ ਦਾ ਘਰ ਹੈਗਾ ਲਾਗੇ, ਆਉਣ ਜਾਣ ਹੈਗਾ ਉੱਥੇ, ਅਤੇ ਸਾਡਾ ਮੁੰਡਾ ਵੀ ਉੱਧਰੋਂ ਲੰਘਦਾ ਜਾਂਦਾ ਕਿਸੇ ਵੇਲੇ ਆਉਂਦੇ ਜਾਂਦੇ ਅਸੀਂ, ਅਤੇ ਮੈਨੂੰ ਨਹੀਂ ਪਤਾ ਕਿ ਇਹ ਕਿੰਨੇ ਚਿਰ ਦੀ ਪਹਿਲਾਂ ਗੱਲਬਾਤ ਹੈਗੀ ਆ, ਕਿੰਨੇ ਚਿਰ ਦੀ ਚੱਲਣ ਦੀ ਆ, ਹੈ ਸਾਨੂੰ ਲੋਕ ਦੱਸਦੇ ਸੀ ਪਰ ਅਸੀਂ ਮੰਨਦੇ ਨਹੀਂ ਇਸ ਚੀਜ਼ ਨੂੰ, ਸਾਨੂੰ ਦੋ ਤਿੰਨ ਲੋਕ ਇਹ ਗੱਲ ਹੋ ਗਈ 6-7 ਸਾਲ ਉਹ ਚੱਲੇ ਆ, ਅਸੀਂ ਮੰਨਦੇ ਨਹੀਂ ਇਸ ਗੱਲ ਨੂੰ, ਲੋਕ ਮੈਨੂੰ ਕਹਿੰਦੇ ਗਏ ਵੀ ਕਿ ਜਾ ਕੇ ਖਲੋਂਦਾ ਏ, ਉਹ ਇਸ਼ਾਰੇ ਕਰਦੀ ਆ, ਇਹ ਉਹਨੂੰ ਕਰਦਾ ਵਾ, ਪਰ ਇਸ ਚੀਜ਼ ਦਾ ਆਪਾਂ ਕਦੀ ਮੰਨਿਆ ਨਹੀਂ ਸੀ ਹੈਗਾ, ਪਰ ਹੁਣ ਥੋੜ੍ਹੇ ਚਿਰ ਤੋਂ ਬਾਅਦ ਜਦੋਂ ਇਹ ਮਾਰ ਕੁੱਟ ਕਰਨ ਲੱਗ ਪਈ ਆ, ਮਾਰ ਕਟਾਈ ਕਰਦੇ, ਪਹਿਲਾਂ ਆਪ ਬੜਾ ਮਾਰਦੇ ਆ, ਉਹਨੂੰ ਤੁਰੇ ਤੁਰੇ ਜਾਂਦੇ ਨੂੰ ਤਿੰਨੇ ਫੜ ਲੈਂਦੇ ਆ, ਯੋਗੇਸ਼, ਸੀਮਾ ਦੇਵੀ, ਇੱਕ ਰੀਟਾ ਇੱਕ ਝੁੱਗੀਆਂ 'ਚ ਰਹਿਣ ਵਾਲੀ ਆ ਜਿਹੜੀ ਉਹ ਆ, ਅਤੇ ਇੱਕ ਹੈਗਾ ਇਹਦਾ ਮੁੰਡਾ ਗਿਫਟੂ, ਇਹ 4 ਜਣੇ ਹਰ ਵਾਰੀ ਮੇਰੇ ਮੁੰਡੇ ਨੂੰ ਬੜਾ ਮਾਰਦੇ ਆ, ਮਾਰਦੇ ਕੁੱਟਦੇ ਆ, ਪਹਿਲੇ ਆਪ ਮਾਰਦੇ ਆ, ਫਿਰ ਠਾਣੇ ਫੜਾ ਦਿੰਦੇ ਆ, ਠਾਣੇ ਵੀ ਫੜਾਉਂਦੇ, ਠਾਣੇ ਵੀ ਮਰਵਾਉਂਦੇ ਆ, ਅਤੇ ਹੁਣ ਇਹਦਾ ਇਹ ਹੈਗਾ ਕਿ ਮੈਨੂੰ ਬਸ ਇਨਸਾਫ ਇਹਦਾ ਦਿਓ ਬਸ। ਹਾਂ ਦਿਮਾਗੀ ਮਸਲਾ ਇਹ ਹੈਗਾ ਕਿ ਇਹਨਾਂ ਕਾਰਨ ਇਹਨਾਂ ਨੇ ਮਾਰ ਮਾਰ ਕੇ ਹੀ ਉਹਦਾ ਦਿਮਾਗੀ ਨਾ ਉਹਨੂੰ ਪਰੇਸ਼ਾਨ ਕਰ ਦਿੱਤਾ ਹੋਇਆ ਵਾ, ਜਿਸ ਕਰਕੇ ਉਹਨੂੰ ਹੁਣ ਕੋਈ ਸਮਝ ਨਹੀਂ ਲੱਗਦੀ ਹੈਗੀ। ਸ਼ਿਕਾਇਤ ਹਾਂਜੀ, ਇਹਨਾਂ ਕੋਲ ਥਾਣੇ ਮੋਕੂਪੁਰ ਵੀ ਗਈ ਮੈਂ, ਕਮਿਸ਼ਨਰ ਸਾਹਿਬ ਕੋਲ ਵੀ ਗਈ ਹਾਂ, PCDO ਵਾਲੇ ਦਫ਼ਤਰ ਵੀ ਗਈ ਮੈਂ, ਉੱਥੇ ਦੀਆਂ ਮੇਰੇ ਕੋਲ ਦਰਖਾਸਤਾਂ ਪਈਆਂ, ਸਭ ਕੁਛ ਪਿਆ ਆ ਉੱਥੋਂ ਦਾ ਮੇਰਾ, ਪਰ ਹਰ ਵਾਰੀ ਮੇਰੇ ਮੁੰਡੇ ਦੇ ਐਕਸ਼ਨ ਲੈਂਦੇ ਆ, ਇਹਨਾਂ ਦੇ ਕਦੀ ਨਹੀਂ ਲਿਆ ਹੈਗਾ। ਰੋਟੀ ਬਣਾ ਕੇ ਰੱਖ, ਤੇ ਮੈਂ ਰੋਟੀ ਬਣਾ ਕੇ ਰੱਖੀ ਆ, ਤੇ ਇਹਨੂੰ ਮੈਂ ਡੀਕਦੀ ਰਹੀ ਆ, ਅੱਧੇ ਘੰਟੇ ਵਿੱਚ ਇਹ ਖੂਨ ਨਾਲ ਲੱਥ ਪੱਥ ਹੋਇਆ ਘਰ ਆ ਗਿਆ ਹੈ, ਕੋਈ ਮੁੰਡਾ ਇਹਨੂੰ ਘਰ ਛੱਡ ਕੇ ਗਿਆ ਵਾ, ਉਸ ਤੋਂ ਬਾਅਦ ਮੈਂ ਜਾ ਕੇ ਉੱਥੇ ਵੇਖਿਆ ਵਾ, ਮੈਂ ਪੁੱਛਿਆ ਕਈਆਂ ਜਣਿਆਂ ਨੇ, ਉਹ ਕਹਿੰਦੇ ਕਿ ਇਹ ਆਪਣਿਆਂ ਨੇ, ਉਹ ਕਹਿੰਦੇ ਕਿ ਇਹ ਆਪਣੀ ਮਰਜ਼ੀ ਨਾਲ ਆਪਣੇ ਬੈਠਾ ਹੋਇਆ ਸੀ, ਉੱਥੇ ਖਲੋਤਾ ਹੋਇਆ ਸੀ, ਇਹਨਾਂ ਨੇ ਉੱਥੇ ਆਣ ਕੇ ਪਹਿਲਾਂ ਉਹਨੂੰ ਸਿਰ ਪਾੜਿਆ, ਉਹਦਾ ਡੰਡਾ ਮਾਰਿਆ, ਉਸ ਤੋਂ ਬਾਅਦ ਉਹਨੂੰ ਗੁੱਸਾ ਆਇਆ ਵਾ, ਫਿਰ ਉਹਨੇ ਇੱਟ ਚਲਾਈ ਆ, ਫਿਰ ਹੀ ਉਹ ਇਹ ਸੀਮਾ ਦੇਵੀ ਫਿਰ ਉਹਨੂੰ ਮਾਰਨ ਆਈ ਆ, ਉਸ ਤੋਂ ਬਾਅਦ ਉਹਨੇ ਉਹਨੂੰ ਚਪੇੜ ਮਾਰੀ ਆ, ਇਹ ਹੋਇਆ ਮਸਲਾ। ਚਪੇੜ ਮੈਂ ਮੰਨਦੀ ਮਾਰੀ ਹੋਏਗੀ, ਮੈਂ ਇਹ ਨਹੀਂ ਕਹਿੰਦੀ ਮਾਰੀ, ਪਰ ਇਹਨਾਂ ਨੇ ਮਾਰਿਆ ਵਾ, ਸਭ ਦਾ ਕਹਿਣਾ ਇਹੋ ਹੀ ਆ ਕਿ ਪਹਿਲਾਂ ਉਹਦੇ ਕੱਪੜੇ ਲਿੱਤੇ ਪਾਟੇ ਹੋਏ ਸਾਰੇ, ਪਾਟੇ ਕੱਪੜਿਆਂ ਤੋਂ ਮੈਂ ਵੇਖਿਆ ਵੀ ਇਹਨਾਂ ਨੇ ਉਹਦੇ ਕੱਪੜੇ ਬਾਰੇ, ਅੱਗੇ ਵੀ ਸਾਰੇ ਕੱਪੜੇ ਜਿੰਨੀਆਂ ਕਮੀਜ਼ਾਂ ਕੱਪੜੇ ਪਾ ਕੇ ਹੁੰਦਾ ਨਾ, ਸਾਰੇ ਇਹੋ ਹੀ ਪਾੜ ਕੇ ਘਰ ਭੇਜਦੇ ਹੋਏ। ਉਹਦੇ ਇਹ ਕਹਿਣਾ ਚਾਹੁੰਦੇ ਵੀ ਜਦੋਂ ਰਾਜ਼ੀਨਾਮਾ ਹੋ ਗਿਆ ਉੱਥੇ, ਜਦੋਂ ਕੌਂਸਲਰਾਂ ਨੇ ਸਾਈਨ ਕਰ ਦਿੱਤੇ ਆ, ਥਾਣੇ ਦੇ ਵਿੱਚ SHO ਦੇ ਸਾਹਮਣੇ ਸਾਰੀ ਗੱਲਬਾਤ ਹੋ ਗਈ ਆ, ਫਿਰ ਇਹਨਾਂ ਦਾ ਮਤਲਬ ਕੋਈ ਨਹੀਂ ਹੈ ਮੀਡੀਆ ਦੇ ਵਿੱਚ ਪਾਉਣ ਦਾ, ਅਸੀਂ ਹਰ ਗੱਲ ਨੂੰ ਮੰਨ ਗਏ ਸੀ ਇਹਨੂੰ, ਅਤੇ ਪਰ ਫਿਰ ਇਹਨਾਂ ਨੇ ਸਾਡਾ ਮਹੱਲੇ ਵਿੱਚ ਸਾਡੀ ਪੂਰੀ ਬੇਇੱਜ਼ਤੀ ਕੀਤੀ ਆ, ਪੂਰਾ ਜਲੂਸ ਕੱਢਿਆ ਸਾਡਾ, ਸਾਨੂੰ ਖਲੋਣ ਜੋਗੇ ਨਹੀਂ ਛੱਡਿਆ, ਸਾਨੂੰ ਮਕਾਨ ਤੋਂ ਵੀ ਇਹਨਾਂ ਨੇ ਜਵਾਬ ਦਵਾ ਦਿੱਤਾ ਵਾ, ਅਤੇ ਸ਼ਰਾਬ ਪੀ ਕੇ ਜਦੋਂ ਅਸੀਂ ਲੰਘਦੇ ਹਾਂ ਤਾਂ ਉਦੋਂ ਸਾਨੂੰ ਗਾਲਾਂ ਕੱਢਦਾ ਹੈਗਾ ਵਾ। ਕਿੰਨੇ ਟਾਈਮ ਤੋਂ ਤੁਹਾਡਾ ਬੇਟਾ? ਇਹ 3-4 ਸਾਲ ਤੋਂ ਹੋ ਗਿਆ ਵਾ, ਇਹਨਾਂ ਨੇ ਕੀਤਾ ਮਾਰ ਮਾਰ ਕੇ। ਹਾਂ ਚੱਲ ਰਿਹਾ ਏ, ਉੱਥੇ ਮੈਂਟਲ ਹੋਸਪਿਟਲ ਚੱਲ ਰਿਹਾ ਵਾ, ਹਾਂਜੀ ਦਵਾਈ ਚੱਲਦੀ ਪਈ ਆ, ਖੋਲਨੇ ਪਏ ਘਰ, ਪਰ ਫਿਰ ਵੀ ਦਵਾਈ ਖਾਧੇ ਵਿੱਚ ਕਿਸੇ ਵੇਲੇ ਹੁਣ ਬੱਚੇ ਨੂੰ ਘੁੰਮਣਾ ਫਿਰਨਾ ਤਾਂ ਹੁੰਦਾ ਨਾ, ਕਿਤੇ ਮਾੜਾ ਮੋਟਾ ਬਾਹਰ ਚਲਾ ਹੀ ਜਾਂਦਾ ਹੈਗਾ ਏ, ਅਤੇ ਇਹਦਾ ਮਤਲਬ ਇਹ ਥੋੜ੍ਹੀ ਕਿ ਇਹਨੂੰ ਮਾਰ ਹੀ ਦੇਣਗੇ, ਇੰਨੀ ਸਜ਼ਾ ਇਹਨੂੰ ਦੇ ਦੇਣਗੇ, ਇਹਨੂੰ ਮਾਰ ਹੀ ਦੇਣਾ ਵਾ, ਇਹਨੂੰ ਜਾਨੋਂ ਮਾਰਨਾ ਚਾਹੁੰਦੇ ਆ। ਮੰਗ ਇਹ ਕਰਦੀ ਮੈਂ ਕਿ ਮੈਨੂੰ ਇਨਸਾਫ਼ ਦਵਾਇਆ ਜਾਵੇ, ਬਸ ਮੇਰਾ ਇਕੱਲਾ ਬੇਟਾ ਏ,